ਇਸ ਹਲਕੇ ਨੂੰ ਕਾਂਗਰਸ ਦੇ ਜਿਹੜੇ ਇੱਥੇ ਹਲਕਾ ਇੰਚਾਰਜ ਹਨ ਨੇ ਬੁਰੀ ਤਰ੍ਹਾਂ ਲੁੱਟਿਆ ਵੀ ਔਰ ਕੁੱਟਿਆ ਵੀ ਔਰ ਸਾਡੇ ਬਜ਼ੁਰਗਾਂ ਨੂੰ ਜਲੀਲ ਵੀ ਕਰਿਆ। ਪਰ ਰੋ ਪਰ ਰੇਟ ਹੈ ਜੀ ਰੇਟ ਬੋਰਡ ਲੱਗੇ ਹੋਏ ਬਾਕਾਇਦਾ ਵੀ ਇੰਨੇ ਤਹਿਸੀਲਦਾਰ ਨੂੰ ਦੇਣੇ ਦੇਣੇ। ਗੁੰਡਾ ਟੈਕਸ ਜਿਹਨੂੰ ਢਿੱਲੋ ਟੈਕਸ ਵੀ ਕਹਿੰਦੇ ਇੱਥੇ। ਆਪ ਇਹਨਾਂ ਨੇ 15 ਸਾਲ ਰਾਜ ਕਰਿਆ ਤੇ ਪੰਜਾਬ ਨੇ 15 ਸਾਲ ਸੰਤਾਪ ਭੋਗਿਆ। ਆਪਣੀ ਮਾਂ ਨੂੰ ਚੜਾ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਈ ਵੀ ਮੈਨੂੰ ਮੇਰੀ ਮਾਂ ਦੀ ਸੌਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੇਗਾ ਤੇ ਚੰਦ ਦਿਨ ਬਾਅਦ ਹੀ ਚੰਡੀਗੜ੍ਹ ਚ ਪੈਗ ਲਾ ਕੇ ਮੁੰਡਾ ਪਿਆਦਾ ਮੁੰਡਿਓ ਸਿੰਧੂ ਜਿੰਨਾ ਕਰਾਪਟ ਮੇਰੇ ਖਲ ਪੂਰੇ ਹਿੰਦੁਸਤਾਨ ਚ ਨੇ ਇਸ ਬੰਦੇ ਨੇ ਪੱਠਾ ਬਿਠਾ ਦਿਆ ਮੇਰੇ ਸ਼ਹਿਰ ਜੀਲਕਪੁਰ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਨਾਲ ਅਜ ਮੌਜੂਦ ਨੇ ਮੌਜੂਦਾ ਐਮ ਐਲ ਏ ਕੰਸਟੀਟੂਐਂਸੀ ਡੇਰਾ ਬੱਸੀ ਐਨ ਕੇ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਡੇਰਾ ਬੱਸੀ ਦੇ ਵਿੱਚ ਅਕਾਲੀ ਦਲ ਭਸਪਾ ਗੜਚੋੜ ਵਾਕਈ ਜਿਤਵਲ ਵੱਧ ਰਿਹਾ ਹੈ ਗਰਾਉਂਡ ਸਟੇਟਸ ਕੀ ਐਕਚੁਅਲ ਰਿਐਲਿਟੀ ਕੀ ਹੈ ਤੇ ਸੁਣਨ ਨੂੰ ਮਿਲ ਰਿਹਾ ਕਿ ਤੁਸੀਂ ਡਿਪਟੀ ਸੀਐਮ ਦੇ ਦਾਵੇਦਾਰ ਬਣ ਸਕਦੇ ਹੋ ਇਹਦੇ 'ਚ ਕਿੰਨੀ ਕੀ ਸੱਚਾਈ ਆ ਪ੍ਰਮਾਤਮਾ ਦੀ ਕਿਰਪਾ ਆ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਇਹ ਹਲਕੇ ਨੇ ਪਿਛਲੇ 30 ਸਾਲਾਂ ਤੋਂ ਲ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਬਖਸ਼ੀ ਆ ਮੈਂ ਸਰਪੰਚ ਵੀ ਬਣਿਆ ਇੱਥੇ ਦੋ ਵਾਰੀ ਕੌਂਸਲ ਦੇ ਪ੍ਰਧਾਨ ਵੀ ਬਣਿਆ ਜੀਰਕਪੁਰ ਪਿਛਲੀ ਸਰਕਾਰ 'ਚ ਮੈਂ ਚੀਫ ਪਾਰਲੀਮੈਂਟਰੀ ਸੈਕਟਰੀ ਰਿਹਾ ਹੁਣ ਵੀ ਐਮਐਲਏ ਆ ਸੋ ਬੜੀ ਕਿਰਪਾ ਇਸ ਹਲਕੇ ਦੀ ਹੋਈ ਆ ਔਰ ਇਸ ਹਲਕੇ ਦਾ ਇੱਕ ਕੈਰੇਕਟਰ ਰਿਹਾਗਾ ਜੀ ਇੱਥੇ ਫੈਸਲੇ ਜਿਹੜੇ ਨਾ ਜੀ ਕਾਰਗੁਜ਼ਾਰੀ ਤੇ ਹੁੰਦੇ ਆ ਪੜੇ ਲਿਖੇ ਵਿਜੀਲੈਂਟ ਲੋਕ ਆ ਮਿੰਨੀ ਹਿੰਦੁਸਤਾਨ ਆ ਮੇਰਾ ਹਲਕਾ ਹਰ ਸਟੇਟ ਤੋਂ ਰੈਜ਼ੀਡੈਂਟ ਇੱਥੇ ਰਹਿੰਦੇ ਆ ਔਰ ਹਰੇਕ ਰੈਜ਼ੀਡੈਂਟ ਦੀ ਆਪਣੀ ਸਟੇਟ ਚ ਕੋਈ ਨਾ ਕੋਈ ਪਾਰਟੀ ਨਾਲ ਜੁੜਿਆ ਹੋਇਆ ਪਰ ਪਿਛਲੇ 25 30 ਸਾਲ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਇੱਥੇ ਜਿੱਤਦਾ ਰਿਹਾ ਕੈਪਟਨ ਕਮਲਜੀਤ ਸਿੰਘ ਜੀ ਨੇ ਸੇਵਾ ਕਰੀ ਉਹ ਚਾਰ ਵਾਰੀ ਵਿਧਾਇਕ ਰਹੇ ਹੁਣ ਦੋ ਟਰਮ ਮੈਂ ਕੰਪਲੀਟ ਕਰ ਲਿਆ ਤੀਸਰਾ ਇਲੈਕਸ਼ਨ ਮੇਰਾ ਹੈਗਾ ਔਰ ਵਨ ਸਾਈਡਡ ਇਲੈਕਸ਼ਨ ਹੈ ਮਤਲਬ ਤੁਸੀਂ ਇਹ ਦੇਖ ਲਿਓ ਵੀ ਮੋਰ ਦੈਨ 50000 ਵੋਟ ਨਾਲ ਆਪਾਂ ਇਸ ਹਲਕੇ ਤੋਂ ਲੀਡ ਕਰਾਂਗੇ ਵੱਡੀ ਜਿੱਤ ਪ੍ਰਾਪਤ ਕਰਾਂਗੇ ਸਰ ਤੁਸੀਂ ਕਦੇ ਨਹੀਂ ਹਾਰਦੇ ਤੇ ਯੂਐਸਪੀ ਕੀ ਹੈ ਤੁਹਾਡੀ ਇਹ ਲੋਕਾਂ ਨੂੰ ਵਿਚਨ ਦੀ ਸਟ੍ਰੈਟਜੀ ਕੀ ਹੈਗੀ ਇਹਦੇ ਪਿਛੇ ਕੀ ਮੁੱਖ ਕਾਰਨ ਹੈ ਵੀ ਤੁਸੀਂ ਕਦੇ ਨਹੀਂ ਹਾਰੇ ਅੱਜ ਤੱਕ ਦੇਖੋ ਕੋਈ ਵੀ ਵਿਅਕਤੀ ਨਾ ਅਹੁਦਾ ਲੈਣਾ ਜਿਹੜੀ ਬਹੁਤੀ ਵੱਡੀ ਗੱਲ ਨਹੀਂ ਅਹੁਦੇ ਨਾਲ ਇਨਸਾਫ ਕਰਨਾ ਜਿਹੜਾ ਉਹ ਸਭ ਤੋਂ ਵੱਡੀ ਗੱਲ ਹੈ ਪ੍ਰਮਾਤਮਾ ਦੀ ਕਿਰਪਾ ਰਹੀ ਮੈਂ ਸਰਪੰਚ ਬਣਿਆ ਤਾਂ ਉਸ ਸੀਟ ਨਾਲ ਵੀ ਇਨਸਾਫ ਕਰਿਆ ਜੀ ਜੇ ਕਾਉਂਸਲ ਪ੍ਰਧਾਨ ਰਿਹਾ ਤਾਂ ਉੱਥੇ ਵੀ ਇਨਸਾਫ ਕਰਿਆ ਜੇ ਸਰਕਾਰ ਚ ਰਿਹਾ ਤਾਂ ਪੂਰੀ ਸੇਵਾ ਦੱਬ ਕੇ ਆਪਣੇ ਹਲਕੇ ਦੀ ਕਰੀ ਔਰ ਪੂਰੀ ਇਮਾਨਦਾਰੀ ਦੇ ਨਾਲ ਕਰੀ ਜੇ ਮੈਨੂੰ ਵਿਰੋਧੀ ਧਿਰ ਦਾ ਰੋਲ ਮਿਲਿਆ ਤਾਂ ਉਹ ਵੀ ਆਪਾਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਔਰ ਜਿੰਨੇ ਲੋਕਾਂ ਦੇ ਮਸਲੇ ਸੀਗੇ ਵਿਧਾਨ ਸਭਾ ਚ ਵੀ ਚੱਕੇ ਸੜਕਾਂ ਤੇ ਵੀ ਚੱਕੇ ਕੋਰਟ ਚ ਜਾਣਾ ਪਿਆ ਤਾਂ ਮੈਂ ਕੋਰਟ ਵੀ ਜਾਇਆ ਪਰ ਮੈਂ ਆਪਣੀ ਜ਼ਿੰਮੇਵਾਰੀ ਤੇ ਲਗਾਤਾਰ ਪਹਿਰਾ ਦਿੱਤਾ ਇਹ ਸਾਰੇ ਹਲਕੇ ਦਾ ਜਿੰਨਾ ਵੀ ਵਿਕਾਸ ਹੋਇਆ ਸਾਡੀ ਸਰਕਾਰ ਚ ਹੋਇਆ ਜੇ ਮੈਂ ਮੋਟੀ ਮੋਟੀ ਐਗਜ਼ਾਮਪਲਾਂ ਦੱਸਾਂ ਜੀਰਕ ਪਰ ਮੈਸਿਪਲ ਕਾਉਂਸਲ ਬਣੀ ਸਾਡੀ ਸਰਕਾਰ ਚ ਬਣੀ ਪਹਿਲਾਂ ਉੱਥੇ ਪਿੰਡ ਸੀਗਾ ਜੀਰਕ ਪਰ ਸਬ ਤਹਿਸੀਲ ਬਣੀ ਉਹ ਆਪਣੀ ਸਰਕਾਰ ਚ ਬਣੀ ਡੇਰਾਬਸੀ ਸਬ ਡਿਵੀਜ਼ਨ ਬਣੀ ਸਾਡੀ ਸਰਕਾਰ ਚ ਬਣੀ ਉਹਦੀ ਲਿਮਟ ਐਕਸਟੈਂਡ ਹੋਈ ਉਹ ਵੀ ਸਾਡੀ ਸਰਕਾਰ ਚ ਹੋਈ ਲਾਲੜੂ ਸ਼ਹਿਰ ਬਣਿਆ ਸਾਡੀ ਸਰਕਾਰ ਚ ਬਣਿਆ ਤਿੰਨੇ ਸ਼ਹਿਰਾਂ ਚ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡ ਕੰਪਲੀਟ ਹੋਈਆਂ ਸਾਡੀ ਸਰਕਾਰ ਚ ਹੋਈਆਂ ਡੇਰਾਬਸੀ ਚ ਓਵਰ ਬ੍ਰਿਜ ਬਣਿਆ ਚੌਂਦਹੜੀ ਚ ਪੁਲ ਲਾਇਆ ਖੱਗਰ ਤੇ ਪੁਲ ਲਾਇਆ ਖੇਲਣਾ ਆਈਟੀਆਈ ਬਣਾਈ 22 ਸਕੂਲ ਅਪਗ੍ਰੇਡ ਕਰੇ 20 20 ਵੱਡੇ ਮੈਰਿਜ ਪੈਲੇਸ ਇੱਥੇ ਬਣਾਈ 10000 ਦੇ ਕਰੀਬ ਲੈਟਰਿੰਗਾ ਬਣਾਈਆਂ 47500 ਨੀਲੇ ਕਾਰਡ ਮੇਰੇ ਟਾਈਮ ਤੇ ਬਣੇ 10000 ਲੇਬਰ ਕਾਰਡ ਬਣੇ ਜਿੰਨੀਆਂ ਸੋਸ਼ਲ ਵੈਲਫੇਅਰ ਸਕੀਮਾਂ ਟੋਟਲ ਸਾਡੀ ਸਰਕਾਰ ਚ ਲਾਗੂ ਹੋਈਆਂ ਗਿਆ ਔਰ ਵੱਡੀ ਗੱਲ 1 ਰੁਪਏ ਦੀ ਕਦੇ ਕ੍ਰਪਸ਼ਨ ਨਹੀਂ ਹੋਈ ਤਹਿਸੀਲਾਂ ਥਾਣਿਆਂ 'ਚ ਹੋਲਡਿੰਗ ਲਾਏ ਹੋਏ ਸੀਗੇ ਵੀ ਜੇ ਕੋਈ ਪੈਸੇ ਮੰਗਦਾ ਤਾਂ ਮੈਨੂੰ ਕਾਲ ਕਰੋ ਅੱਜ ਹਾਲਾਤ ਡਿਫਰੈਂਟ ਆ ਪੰਜ ਸਾਲ ਇਸ ਹਲਕੇ ਨੂੰ ਕਾਂਗਰਸ ਦੇ ਜਿਹੜੇ ਇੱਥੇ ਹਲਕਾ ਇੰਚਾਰਜ ਉਹਨੇ ਬੁਰੀ ਤਰ੍ਹਾਂ ਲੁੱਟਿਆ ਵੀ ਔਰ ਕੁੱਟਿਆ ਵੀ ਔਰ ਸਾਡੇ ਬਜ਼ੁਰਗਾਂ ਨੂੰ ਜਲੀਲ ਵੀ ਕਰਿਆ ਨਹੀਂ ਤੁਸੀਂ ਲਾ ਲਓ ਵੀ ਅੱਜ ਹਾਲਤ ਇਹ ਹੋਏ ਵੇ ਆ ਵੀ ਜੇ ਰਜਿਸਟਰੀ ਕਰवानी ਨਾ ਤਹਿਸੀਲ 'ਚ 40000 ਰੁਪਏ ਰਿਸਵਤ ਦੇਣੀ ਪੈਂਦੀ ਹੈ ਜੇ ਇੰਤਕਾਲ ਕਰਵਾਉਣਾ ਨਾ ਜੀ ਰੈਵਨਿਊ ਰਿਕਾਰਡ 'ਚ ਐਂਟਰੀ ਕਰਾਉਣੀ ਆ ਤਾਂ 6 ਤੋਂ ਲੈ ਕੇ 8000 ਰੁਪਏ ਪਰ ਇੰਤਕਾਲ ਦਾ ਜਿਹੜਾ ਪੈਸਾ ਲੈਂਦੇ ਆ ਅੱਛਾ ਇਹ ਪ੍ਰੋਪਰ ਰੇਟ ਕੱਚ ਬਣਿਆ ਪ੍ਰੋਪਰ ਰੇਟ ਆ ਜੀ ਰੇਟ ਬੋਰਡ ਲਗੇ ਹੋਏ ਬਾਕਾਇਦਾ ਵੀ ਇੰਨੇ ਤਹਿਸੀਲਦਾਰ ਨੂੰ ਦੇਣੇ ਦੇਣੇ ਗੁੰਡਾ ਟੈਕਸ ਜਿਹਨੂੰ ਢਿੱਲੋ ਟੈਕਸ ਵੀ ਕਹਿੰਦੇ ਆ ਇੱਥੇ ਤੇ ਉਹ ਕ੍ਰੈਸ਼ਰਾਂ ਦੇ ਉੱਤੇ ਤੁਸੀਂ ਦੇਖੋ ਵੀ 13000 ਰੁਪਏ ਪਰ ਕ੍ਰੈਸ਼ਰ ਪਰ ਡੇ ਚਾਰਜ ਹੁੰਦਾ ਹੈਗਾ ਗੁੰਡਾ ਟੈਕਸ ਫਿਰ ਆ ਜਿਹੜੀ ਮੀਟ ਪਲਾਂਟ ਆ ਉਹਦੇ ਅੱਗੇ ਵੀ ਗੁੰਡਾ ਟੈਕਸ ਲੱਗਿਆ ਹੋਇਆ 17100 ਰੁਪਏ ਪਰ ਜਾਨਵਰ ਜਿਹੜਾ ਉਹ ਚਾਰਜ ਕਰਦੇ ਆ ਜਿਹੜਾ ਢਿੱਲੋਂ ਸਾਹਿਬ ਦੇ ਘਰ ਜਾਂਦਾ ਜਿਹੜਾ ਮੇਰਾ ਆਪੋਨੈਂਟ ਹੈਗਾ ਸੋ ਰੇੜੀਆਂ ਵਾਲਿਆਂ ਤੋਂ ਪੈਸੇ ਫੜੀਆਂ ਵਾਲਿਆਂ ਤੋਂ ਪੈਸੇ ਤੇ ਕੌਂਸਲਾਂ ਚ ਕਰਪਸ਼ਨ ਇੱਥੇ 90 ਏਕੜ ਚ ਕਿਕਰਾਂ ਹੀ ਵੇਚ ਕੇ ਖਾ ਗਏ ਤੇ 2 ਲੱਖ ਰੁਪਏ ਚ ਮੈਂ ਜਾ ਕੇ ਕੇਸ ਕਰਿਆ ਕੋਰਟ ਚ ਸਾਰਾ ਕੁਝ ਹੋਇਆ ਪ੍ਰੂਵ ਹੋਇਆ ਪਰ ਕੋਈ ਕਾਰਵਾਈ ਨਹੀਂ ਵੀ ਡੇਰਾਵਸੀ ਜਿਹੜਾ ਕੌਂਸਲ ਪ੍ਰਧਾਨ ਆ ਜਿੰਨੀਆਂ ਖਾਲੀ ਜ਼ਮੀਨਾਂ ਉਹਨਾਂ ਦੇ ਕਬਜ਼ਾ ਕਰਨ ਦਾ ਉਹ ਮਹਾਰ ਹੈਗਾ ਉਹਨਾਂ ਇੱਕ ਬਲਵੰਤਰ ਆਏ ਆ 1992 ਚ ਮਰ ਗਿਆ ਉਹਦੀ ਜ਼ਮੀਨ ਦੀ ਵਸੀਅਤ ਆਪਣੇ ਨਾਂ ਕਰਵਾ ਕੇ ਅੱਗੇ ਰਜਿਸਟਰੀਆਂ ਹੀ ਕਰਵਾ ਗਿਆ ਜਦੋਂ ਕਰੋਨਾ ਹੋਇਆ ਨਾ ਜੀ ਮੈਂ ਤੇ ਮੇਰੀ ਟੀਮ ਸਾਰੀ ਲੱਗੀ ਹੋਈ ਸੀਗੀ ਲੋਕਾਂ ਦੀ ਸੇਵਾ ਕਰਨ ਚ ਕੋਈ ਖਾਣਾ ਖਿਲਾ ਰਿਹਾ ਦਾ ਕੋਈ ਸੈਨੀਟਾਈਜ਼ ਕਰ ਰਿਹਾ ਸੀਗਾ ਮੈਂ ਆਪਣੇ ਫਾਰਮ ਨੂੰ ਹਸਪੀਟਲ ਬਣਾਇਆ ਉੱਤੇ ਖਾਣਾ ਪੀਣਾ ਦਵਾਈਆਂ ਫ੍ਰੀ ਦਈਆਂ ਟੋਟਲ 1000 ਪੇਸ਼ੈਂਟ ਉੱਤੇ ਠੀਕ ਹੋ ਕੇ ਗਿਆ ਤੇ ਜਿਹੜਾ ਮੇਰਾ ਆਪੋਨੈਂਟ ਹਨਾ ਜੀ ਢਿੱਲੋ ਸਾਹਿਬ ਉਹ ਪਤਾ ਕੀ ਕਰ ਰਹੇ ਸੀਗੇ ਉਹ ਇੱਥੇ ਡੇਰਾ ਬਸੀ ਚ 마ਹੀ ਵਾਲਾ ਇੱਕ ਪਿੰਡ ਆ ਇਹਦਾ ਜਿਹੜਾ ਕਾਉਂਸਲ ਪ੍ਰਧਾਨ ਬਣਾਇਆ ਹੋਇਆ ਡੇਰਾ ਬਸੀ ਦਾ ਰੇੜੀ ਉਹਦੇ ਸ਼ੋਰੂਮ ਚ ਰੱਖ ਕੇ ਸ੍ਰਿਆਮ ਨਜਾਇਜ਼ ਸਰਾ ਵੇਚ ਰਿਹਾ ਦਾ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਦਿਖਾਇਆ ਚੈਨਲਾਂ ਤੇ ਵੀ ਆਇਆ ਬਸ ਇੱਕ ਕਰਿੰਦੇ ਤੇ ਪਰਚਾ ਕਰਕੇ ਸਭ ਛੱਡਦੇ ਇਹਨਾਂ ਇੱਥੇ ਭੰਕਰਪੁਰ ਪਿੰਡਾ ਸ਼ਾਮਲਾਟਾ ਉੱਥੇ ਕਾਫੀ ਜ਼ਿਆਦਾ ਉੱਥੇ ਰੇਤਾ ਪੱਟ ਕੇ 4-4 ਫੋਕ ਲਾਈਨਾਂ ਲਾ ਕੇ ਰੇਤਾ ਪੱਟ ਕੇ ਵੇਚ ਰਿਹਾ ਦਾ ਮੈਂ ਮੌਕੇ ਤੇ ਜਾ ਕੇ ਫੋਕ ਲੈਣਾ ਫੜੀਆਂ ਮੀਡੀਆ ਚ ਵੀ ਆਇਆ ਤੁਸੀਂ ਦੇਖ ਲਓ ਕੋਈ ਕਾਰਵਾਈ ਉੱਥੇ ਨਹੀਂ ਹੋਈ ਹੈਗੀ ਸੋ ਇਸ ਹਲਕੇ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ ਡਵੈਲਪਮੈਂਟ ਕੋਈ ਨਹੀਂ ਹੋਈ ਡੇਰਾਬਸੀ ਹਸਪੀਟਲ ਵਾਸਤੇ ਮੈਂ 10 ਕਰੋੜ ਸੈਂਕਸ਼ਨ ਕਰਵਾਇਆ ਸੀਗਾ ਸਰਕਾਰ ਬਦਲ ਗਈ ਪੈਸੇ ਵਾਪਸ ਹੋ ਗਏ ਡੇਰਾਬਸੀ ਕਾਲਜ ਚ ਕਮਰਸ ਬਲਾਕ ਬਣਾਇਆ 4 ਕਰੋੜ ਰੁਪਏ ਉਦੇ ਤੇ ਖਰਚ ਕਰੇ ਪੇਂਟ ਕਰਨਾ ਰਹਿ ਗਿਆ ਤਾਂ ਬਸ 5 ਸਾਲਾਂ ਚ ਪੇਂਟ ਵੀ ਨਹੀਂ ਹੋਇਆ ਡੇਰਾਬਸੀ ਸਕੂਲ ਤੇ ਮੈਂ 1 ਕਰੋੜ ਰੁਪਏ ਲਾਇਆ ਉੱਪਰਲੀ ਬਿਲਡਿੰਗ 'ਚ ਫਰਨੀਚਰ ਤੇ ਪੇਂਟ ਰਹਿੰਦਾ ਤਾਂ 5 ਸਾਲਾਂ 'ਚ ਉਹ ਵੀ ਨਹੀਂ ਹੋਇਆ ਜੀ ਰਿਕਵਰ 'ਚ ਮੈਂ ਮੈਡੀਕਲ ਕਾਲਜ ਪਾਸ ਕਰਵਾਇਆ 50 ਕਰੋੜ ਰੁਪਏ ਅਪਰੂਵ ਹੋਏ ਉੱਥੇ ਸਰਕਾਰ ਬਦਲ ਗਈ ਉਹ ਪੈਸੇ ਮਹਾਲੀ ਸ਼ਿਫਟ ਕਰਤੇ ਇਹਨਾਂ ਨੇ ਉੱਥੇ ਹਸਪੀਟਲ ਬਣਾ ਰਹੇ ਮਤਲਬ ਇੱਡਾ ਨੁਕਸਾਨ ਹੋਇਆ ਜਿਹੜੀ ਪਾਰਕਾਂ ਮੈਂ ਬਣਵਾਈਆਂ ਸੀਗੀਆਂ ਚਾਹੇ ਉਹ ਜੀਲਕਪੁਰਾ ਚਾਹੇ ਡੇਰਾਵਸੀ ਚਾਹੇ ਲਾਲੜੂ ਉਹ ਜੰਗਲ ਬਣ ਗਈਆਂ ਕਿਸੇ ਨੇ ਮੁੜ ਕੇ ਸਾਫੇ ਨਹੀਂ ਕਰੀਆਂ ਪਾਣੀ ਦੀ ਏਡੀ ਸੀਰੀਅਸ ਪ੍ਰੋਬਲਮ ਆ ਮੈਂ ਨਹਿਰੀ ਪਾਣੀ ਵਾਸਤੇ 50 ਕਰੋੜ ਰੁਪਏ ਸਰਕਾਰ ਨੂੰ ਦੇਆ ਜੀਰਕਪੁਰ ਕਾਉਂਸਲ ਨੂੰ ਵੀ ਸਾਨੂੰ ਪੀਣ ਵਾਲਾ ਪਾਣੀ ਨਹਿਰੀ ਦਿਓ ਤੁਸੀਂ ਦੇਖ ਲਿਓ ਵੀ 5 ਸਾਲਾਂ ਚ ਉਹਦੇ ਟੈਂਡਰ ਤੱਕ ਨਹੀਂ ਕਾਲ ਕਰੇ ਕੰਮ ਦਾ ਕਿਆ ਸਟਾਰਟ ਹੋਣਾ ਸੀਗਾ 200 ਫੁੱਟ ਚੌੜੀ ਰੋਡ ਜੀਰਕਪੁਰ ਮੈਂ ਐਕਵਾਇਰ ਕਰਾਈ 400 ਕਰੋੜ ਰੁਪਏ ਉਹਦੇ ਤੇ ਖਰਚ ਹੋਇਆ ਜੀਰਕਪੁਰ ਤੋਂ ਅੰਬਾਲਾ ਰੋਡ ਤੱਕ ਉਹ ਬਣ ਗਈ ਸੀ ਅੰਬਾਲਾ ਰੋਡ ਤੋਂ 올ਡ ਕਾਲਕਾਂ ਰੋਡ ਤੱਕ ਕੰਮ ਚੱਲ ਰਿਹਾ ਸੀਗਾ 1 ਕਿਲੋਮੀਟਰ ਅੱਗੇ ਵੀ ਬਣ ਗਈ ਤੇ ਸਰਕਾਰ ਬਦਲ ਗਈ ਉੱਥੇ ਹੀ ਕੰਮ ਹੋ ਗਿਆ ਅੱਜ ਚੌਂਕ ਤੋਂ ਸਿੰਘਬਰੇ ਤੱਕ ਪੂਰਾ ਜਾਮ ਲੱਗਦਾ ਹੈਗਾ ਚੌਂਕ ਤੋਂ ਕਲੰਗੀ ਧਰ ਤੱਕ ਪੂਰਾ ਜਾਮ ਲੱਗਦਾ ਹੈਗਾ ਤੁਸੀਂ ਦੇਖੋ ਵੀ ਟ੍ਰੈਫਿਕ ਨਾਲ ਜੇ ਰਿਕਵਰ ਚੌਕ ਹੋ ਜਾਂਦਾ ਮੇਰਾ 400 ਕਰੋੜ ਲਾਇਆ ਹੋਇਆ 0 ਹੋ ਗਿਆ ਕਿਉਂਕਿ 20 ਕਰੋੜ ਰੁਪਏ ਸੜਕ ਤੇ ਨਹੀਂ ਲੱਗੇਗੇ ਸੋ ਮਤਲਬ ਇਸ ਹਾਲ ਕੇ ਦੀ ਡਵੈਲਪਮੈਂਟ ਰੋਕੀ ਲੋਕਾਂ ਨੇ ਪਰਚੇ ਦਾ ਜਿ ਕਰਵਾਇਆ ਪਿੱਛੇ ਮੈਂ ਪਿੰਡ ਚ ਜਾ ਕੇ ਆਇਆ ਕੇਸਰ ਸਿੰਘ ਖਰੂਜੂਰ ਮੰਡੀ ਆ ਸਾਡਾ ਸਰਪੰਚ ਉਹਦੀ ਉਮਰ 82 ਸਾਲ ਆ ਉਹਦੇ ਤੇ ਪਰਚਾ ਕਰਵਾ ਦਿਆ ਝੂਠਾ ਉਹ ਦਾ ਬੇਟਾ ਤੇ ਉਹਦਾ ਪੋਤਾ 14 ਦਿਨ ਜੇਲ੍ਹ ਕੱਟ ਕੇ ਆਏ। ਆ ਲਾਲੜੂ ਮਿਊਸਪਲ ਕਮੇਟੀ ਆ। ਇੱਥੇ ਬੁੱਲੂ ਰਾਣਾ ਪ੍ਰਧਾਨ ਆ। ਉਹ ਪ੍ਰਧਾਨ ਸੀਗਾ ਸਾਡਾ ਕਾਉਂਸਲ ਦਾ। ਉਹਦੇ ਤੇ ਪਰਚਾ ਕਰਵਾ ਦਿਆ ਵੀ ਇਹਨੇ ਦੋ ਨਾਂ ਰੱਖੇ ਹੋਈਆਂ। ਦੱਸੋ ਕਿਹੜਾ ਜਿਵੇਂ ਮੈਂ ਦੋ ਨਾਂ ਰੱਖਣਾ ਹਿੰਦੁਸਤਾਨ 'ਚ। ਤੇ 14 ਦਿਨ ਉਹ ਜੇਲ੍ਹ ਕੱਟ ਗਿਆ। ਯਾਨੀ ਆ ਹਸਨਪੁਰ ਪਿੰਡਾ 100 ਲੇਡੀਜ਼ ਔਰ ਜੈਂਟਸ ਤੇ ਪਰਚੇ ਕਰਵਾਏ ਹੋਈਆਂ। ਨਾਲ ਆ ਇੱਕ ਲੈਲੀ ਪਿੰਡਾ ਉੱਥੇ 150 ਬੰਦਿਆਂ ਦੇ ਪਰਚੇ ਕਰਾਏ। ਬੜਾਣਾ ਪਿੰਡਾ 50 ਬੰਦੇ ਟਰਾਲੀਆਂ ਭਰ ਕੇ 751 ਭੁਗਤਾਨ ਫਿਰਦੇ ਆ ਮਤਲਬ ਪੂਰੇ ਪਿੰਡ ਦੇ ਪਿੰਡ ਪੰਜ ਸਾਲ ਪਰਚਿਆਂ ਚ ਕੰਮ ਲਾ ਰੱਖੇ ਪ੍ਰੈਸ਼ਰ ਪੋਲਿਟਿਕਸ ਕਰੇ ਜਿਸ ਤਰ੍ਹਾਂ ਮਤਲਬ ਤੁਸੀਂ ਦੇਖੋ ਵੀ ਹਲਕਾ ਇੰਚਾਰਜ ਲੱਗ ਗਿਆ ਤਾਂ ਤਾਂ ਇਸ ਹਲਕੇ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਸੀ ਸੋ ਲੋਕ ਇੱਕਦਮ ਬਲਾਸਟ ਹੋਇਆ ਬਾਹਰ ਨਿਕਲੇ ਅੱਜ ਇੱਕ ਸਿੰਗਲ ਕਾਂਗਰਸੀ ਦਪਿੰਦਰ ਢਿੱਲੋਂ ਨਾਲ ਨਹੀਂ ਚੱਲ ਰਿਹਾ ਜੀ ਰਿਕਵਰਚ ਜਸਪਾਲ ਉਹ ਕਾਲੀ ਦਲ ਜੁਆਇਨ ਕਰ ਗਿਆ ਡੇਰਾ ਬਸੀ ਦੇ ਅੰਦਰ ਅਮਰਤਪਾਲ ਚਾਰ ਵਾਰੀ ਕਾਉਂਸਲ ਪ੍ਰਧਾਨ ਰਿਹਾ ਉਹ ਪਰਿਵਾਰ ਉਹ ਅਕਾਲੀ ਦਲ ਦੇ ਅੰਦਰ ਜੁਆਇਨ ਕਰ ਚੁਕੇ ਫਿਰ ਚਰਨਜੀਤ ਤਿਵਾਣਾ ਸੀਨੀਅਰ ਕਾਂਗਰਸੀ ਲੀਡਰ ਦਾ ਉਹਨੇ ਜੁਆਇਨ ਕਰਿਆ ਡੇਰਾ ਬਸੀ ਦਾ ਪ੍ਰੈਜ਼ੀਡੈਂਟ ਸਿਟੀ ਪ੍ਰਧਾਨ ਮਨੋਜ ਉਹ ਅਕਾਲੀ ਦਲ ਚ ਆ ਗਿਆ ਫਿਰ ਇੱਥੇ ਬੋਬੀ ਦਾ ਐਮਸੀ ਚੋਣ ਲੜੀ ਸੀਗੀ ਉਹ ਅਕਾਲੀ ਦਲ ਚ ਜੁਆਇਨ ਕਰ ਗਿਆ ਰਾਹੁਲ ਆ ਸਾਵਕਾ ਟਰੱਕ ਯੂਨੀਅਨ ਪ੍ਰਧਾਨ ਰਿਹਾ ਕਾਂਗਰਸ ਦਾ ਬਹੁਤ ਵੱਡਾ ਲੀਡਰਤਾ ਉਹ ਵੀ ਸਾਡੀ ਪਾਰਟੀ ਚ ਸ਼ਾਮਲ ਹੋ ਗਿਆ ਆ ਲਾਲੜੂ ਚ ਬਹਾਦਰ ਸਿੰਘ ਝਰਮੜੀ ਜਿਹੜਾ ਕਿ ਬਲਾਕ ਦਾ ਪ੍ਰਧਾਨ ਵੀ ਰਿਹਾ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਿਹਾ ਸਭ ਤੋਂ ਪੁਰਾਣਾ ਕਾਂਗਰਸੀ ਦਾ ਉਹ ਸਾਡੀ ਪਾਰਟੀ ਚ ਆ ਮਤਲਬ ਇਹ ਮੈਂ ਪ੍ਰੋਮਿਨੈਂਟ ਬੰਦਿਆਂ ਦੇ ਨਾਮ ਲਈਆਂ ਸਰਪੰਚ ਪੰਚ ਛੋਟੇ ਦਰਜੇ ਦੇ ਕਿੰਨੇ ਆਈਆਂ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਮਤਲਬ ਕਾਂਗਰਸ ਖਤਮ ਹੋ ਗਈ ਟੋਟਲ ਡੱਡ ਹੋ ਗਿਆ ਸਰ ਸਰ ਕਾਂਗਰਸ ਦੀ ਤੁਸੀਂ ਗੱਲ ਕੀਤੀ ਕਾਂਗਰਸ ਦੀ ਸੋਚ ਹਿੰਦੂ ਸਿੱਖ ਭਾਈਚਾਰਾ ਵਿਰੋਧੀ ਰਹੀ ਹੈ ਹਮੇਸ਼ਾ ਤੁਸੀਂ ਕੋਟ ਕਰਦੇ ਨਜ਼ਰ ਆਇਆ ਸੋ ਹਾਲ ਦੀ ਘੜੀ ਦੇ ਵਿੱਚ ਕਿਵੇਂ ਧਰਮਾਂ ਦੀ ਰਾਜਨੀਤੀ ਖੇਟੀ ਜਾ ਰਹੀ ਹੈ ਤੁਹਾਡੇ ਹਿਸਾਬ ਨਾਲ ਪਲੱਸ 2 ਤੋਂ ਬਾਅਦ ਅੱਗੇ ਕੀ ਸੋਚ ਹੈ ਸੋਨੂ ਲਈ ਉਹਨੂੰ ਪੜ੍ਹਾਵਾਂਗੇ ਵਿਦੇਸ਼ ਭੇਜਾਂਗੇ ਕਿਉਂ ਪੰਜਾਬ ਕਿਉਂ ਨਹੀਂ ਇੱਥੇ ਹੈ ਕਿ ਸਰਕਾਰ ਨੇ ਵਾਦਾ ਕੀਤਾ ਸੀ ਘਰ ਘਰ ਰੋਜ਼ਗਾਰ ਦੇਣ ਦਾ ਕਿੱਥੇ ਰੋਜ਼ਗਾਰ ਜੇ ਆਪਣੀ ਭਾਜਪਾ ਸਰਕਾਰ ਆਏਗੀ ਨਾ ਯੂਥ ਸਕਿੱਲ ਡਿਵੈਲਪਮੈਂਟ ਲਈ SSC ਬੈਂਕਿੰਗ ਤੇ ਉਹ ਸਿਵਲ ਸਰਵਿਸਿਜ਼ ਦੀ ਟ੍ਰੇਨਿੰਗ ਵੀ ਫ੍ਰੀ ਦਿੱਤੀ ਜਾਏਗੀ ਸੇਰਤਾ ਹੁਣ ਅਸੀਂ ਵੀ ਭਾਜਪਾ ਸਰਕਾਰ ਦੇ ਨਾਲ ਹੁਣ ਪੂਰੇ ਹੋਣਗੇ ਰੋਜ਼ਗਾਰ ਦੇ ਖਾਜਪਾ ਦੇ ਨਾਮ ਨਾ ਪੰਜਾਬ ਦੇਖੋ ਕੱਲਾ ਪ੍ਰਕਾਸ਼ ਸਿੰਘ ਬਾਦਲ ਜੀ ਆ ਜਿਨ੍ਹਾਂ ਦਾ ਇੱਕ ਵਿਜ਼ਨ ਰਿਹਾ ਕਿ ਪੰਜਾਬ ਚ ਜੇ ਹਿੰਦੂ ਸਿੱਖ ਮੁਸਲਮਾਨ ਇਸਾਈ ਇਕੱਠੇ ਰਹਿਣਗੇ ਪੰਜਾਬ ਚ ਸ਼ਾਂਤੀ ਹੋਊਗੀ ਸ਼ਾਂਤੀ ਹੋਈ ਤਾਂ ਤਰੱਕੀ ਹੋਊਗੀ ਸਭ ਤੋਂ ਪਹਿਲਾ ਐਜੰਡਾ ਬਾਦਲ ਸਾਹਿਬ ਦਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਿਹਾ। ਜਿਸ ਟਾਈਮ ਭਾਪੀ ਨਾਲ ਸਮਝੌਤਾ ਅਕਾਲੀ ਦਲ ਦਾ ਹੋਇਆ ਨਾ ਜੀ ਉਸ ਟਾਈਮ ਪੂਰੇ ਹਿੰਦੁਸਤਾਨ ਚ ਬੀਜੇਪੀ ਦੀ ਇੱਕ ਵੀ ਸੀਟ ਨਹੀਂ ਸੀਗੀ। ਨਾ ਪੰਜਾਬ ਚ ਸੀ ਨਾ ਇਹਨਾਂ ਦਾ ਕਾਡਰ ਸੀਗਾ। ਪਰ ਪੰਜਾਬ ਦੇ ਨਰ ਇੱਕ ਮੈਸੇਜ ਦੇਣ ਵਾਸਤੇ ਵੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਵਿਧਾਨ ਵਾਸਤੇ ਬੀਜੇਪੀ ਨਾਲ ਸਮਝੌਤਾ ਕਰਿਆ। ਜਦੋਂ ਬੀਜੇਪੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਗਈ ਪੰਜਾਬੀਆਂ ਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਾਡਾ ਫਰਜ ਬਣਦਾ ਕਿ ਪੰਜਾਬੀ ਪੰਜਾਬੀਆਂ ਵਾਸਤੇ ਹਰ ਆਵਾਜ਼ ਜਿਹੜੀ ਉਠਾਈ ਜਾਏ ਤੇ ਨਿ ਕਾਲੇ ਕਾਨੂੰਨਾਂ ਇਹ ਅਸੀਂ ਸਮਝੌਤਾ ਤੋੜਦੇ ਹਾਂ ਪਰ ਸੇਮ ਡੇ ਬਾਦ ਸਾਹਬ ਨੇ ਕੋਰ ਕਮੇਟੀ ਕਰਕੇ ਇੱਕ ਫੈਸਲਾ ਕਰ ਲਿਆ ਤਾਂ ਵੀ ਅਗਲਾ ਡਿਪਟੀ ਚੀਫ ਮਨਿਸਟਰ ਹਿੰਦੂ ਹੋਏਗਾ ਉਹਦਾ ਮਕਸਦ ਵੀ ਇਹੀ ਆ ਵੀ ਹਿੰਦੂ ਸਿੱਖ ਭਾਈਚਾਰਕਾਂ ਸਾਂਝ ਮਜ਼ਬੂਤ ਹੋਏ ਦੂਸਰੇ ਪਾਸੇ ਕਾਂਗਰਸ ਦਾ ਏਜੰਡਾ ਤੁਸੀਂ ਦੇਖ ਲਿਓ ਅਕਾਲ ਤਖਤ ਸਾਹਿਬ ਤੇ ਅਟੈਕ ਰਿਹਾ ਹੈ ਜੀ 84 ਚ ਕਤਲੇਆਮ ਹੋਇਆ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਮਕਸਦ ਸੀਗਾ ਉਹ ਇਹ ਤਾਂ ਵੀ ਹਿੰਦੂ ਸਿੱਖ ਭਾਈਚਾਰੇ 'ਕ ਸਾਂਝ ਖਤਮ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਪੰਜਾਬ 'ਚ ਆਪ ਇਹਨਾਂ ਨੇ 15 ਸਾਲ ਰਾਜ ਕਰਿਆ ਤੇ ਪੰਜਾਬ ਨੇ 15 ਸਾਲ ਸੰਤਾਪ ਭੋਗਿਆ ਆ ਬਰਗਾੜੀ ਵਾਲਾ ਕੰਡ ਠੀਕ ਆ ਪੁਲਿਸ ਨਹੀਂ ਫੜ ਸਕੀ ਸੀਬੀਆਈ ਨਹੀਂ ਫੜ ਸਕੀ ਕੁਝ ਨਹੀਂ ਕਰ ਸਕੀ ਪਰ ਤੁਸੀਂ ਦੇਖੋ ਨਤੀਜਾ ਸਾਹਮਣੇ ਆ ਗਿਆ ਟੋਟਲ ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਪੇਸ ਹੋਏ ਅਕਾਲ ਤਖਤ ਸਾਹਿਬ ਤੇ ਗੁਰੂ ਦੇ ਅੱਗੇ ਅਰਦਾਸ ਕਰੀ ਵੀ ਸੱਚੇ ਪਾਤਸ਼ਾਹ ਕਿਰਪਾ ਕਰੀ ਜਿਨੇ ਬਰਗਾੜੀ ਜਿਨੇ ਆ ਬੇਅਦਵੀਂ ਕਰੀ ਜਿਨੇ ਕਰਵਾਈ ਤੇ ਜਿਹੜਾ ਇਹਦੇ ਤੇ ਪੋਲਿਟਿਕਸ ਕਰੂਗਾ ਉਹਦਾ ਕੱਖ ਨਾ ਰਹੇ ਅਕਾਲ ਪੁਰਖ ਵਾਹਿਗੁਰੂ ਨੇ ਬੰਦੇ ਲੱਭ ਲੈ ਅੱਜ ਅਮਰਿੰਦਰ ਸਿੰਘ ਕਿੱਥੇ ਆ ਖਤਮ ਹੋ ਗਿਆ ਨਵਜੋਤ ਸਿੱਧੂ ਖਤਮ ਹੋ ਗਿਆ ਜਾਖੜ ਖਤਮ ਹੋ ਗਿਆ ਆ ਭਗਵੰਤ ਮਾਨ ਵੀ ਖਤਮ ਹੋ ਜਾਣਾ ਇਹਨਾਂ ਇਲੈਕਸ਼ਨਾਂ 'ਚ ਦੇਖਿਓ ਤੁਸੀਂ ਸਰ ਭਗਵੰਤ ਮਾਨ ਜੀ ਦੀ ਤੁਸੀਂ ਗੱਲ ਕੀਤੀ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਹੋਗੀ ਇਹ ਫਿਜ਼ੀਬਲ ਹੈਗਾ ਕਿਉਂਕਿ ਪਹਿਲਾਂ ਵੀ ਇਦਾਂ ਵਾਦੇ ਬਹੁਤ ਕੀਤੇ ਗਏ ਨੇ ਵਾਅਦਾ ਤਾਂ ਹੁਈ ਕਰਨਾ ਚਾਹੀਦਾ ਜਿਹੜਾ ਵਫਾ ਹੋਏ ਤੁਸੀਂ ਦੇਖੋ ਵੀ ਉਹਨੇ ਸਟੇਜ ਦੇ ਉੱਤੇ ਸੰਗਰੂਰ ਚ ਆਪਣੀ ਮਾਂ ਨੂੰ ਚੜਾ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਈ ਵੀ ਮੈਨੂੰ ਮੇਰੀ ਮਾਂ ਦੀ ਸੌਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਨੇਗਾ ਤੇ ਚੰਦ ਦਿਨ ਬਾਅਦ ਹੀ ਚੰਡੀਗੜ੍ਹ ਚ ਪੈਗ ਲਾ ਕੇ ਮੁੰਡਾ ਪਿਆ ਤਾਂ ਤੁਸੀਂ ਦੇਖੋ 4 ਦਿਨ ਆਪਣੀ ਮਾਂ ਦੀ ਸੌਂ ਨਹੀਂ ਪਗਾ ਸਕਿਆ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੈਗ ਲਾ ਕੇ ਚਲੇ ਗਿਆ ਲੋਕ ਸਭਾ ਦੇ ਅੰਦਰ ਸ਼ਰਾਬ ਪੀ ਕੇ ਚਲੇ ਗਿਆ ਉਹਦਾ ਬੈਂਚਮੇਟ ਜਿਹੜਾ ਹਰਿੰਦਰ ਖਾਲਸਾ ਉਹਨੇ ਸਪੀਕਰ ਨੂੰ ਸ਼ਿਕਾਇਤ ਕੀਤੀ ਵੀ ਸਪੀਕਰ ਸਾਹਿਬ ਮੇਰੀ ਸੀਟ ਚੇਂਜ ਕਰੋ ਭਗਵੰਤ ਮਾਨ ਪਤਾ ਨਹੀਂ ਕਿਹੜੀ ਸ਼ਰਾਬ ਪੀ ਕੇ ਆਂਦਾ ਹੈਗਾ ਬਦਬੂ ਮਾਰਦੀ ਆ ਮੂੰਹ ਤੋਂ ਮੈਨੂੰ ਰੋਜ਼ ਉਲਟੀਆਂ ਲੱਗ ਜਾਂਦੀਆਂ ਗੀਆਂ ਹੁਣ ਤੁਸੀਂ ਦੱਸੋ ਵੀ ਜਿਹੜਾ ਆਦਮੀ 24 ਘੰਟੇ ਸ਼ਰਾਬ 'ਚ ਟੱਲੀ ਰਹੇ ਨਸ਼ਾ ਮੁਕਤ ਪੰਜਾਬ ਬਣਾ ਦਿਊਗਾ ਸੋ ਸਿਰੇ ਦਾ ਸ਼ਰਾਬੀ ਆਦਮੀ ਇਹਦੀ ਕਮਿਟਮੈਂਟ ਕਰੇ ਦੇਖੋ ਅਸੀਂ ਪੋਲੀਟੀਕਲ ਬੰਦੇ ਆ ਸਾਡਾ ਜਿਹੜਾ ਕੈਰੇਕਟਰ ਆ ਨਾ ਜੀ ਸਾਡੀ ਜ਼ੁਬਾਨ ਜਿਹੜੇ ਸਾਡੀ ਜ਼ੁਬਾਨ ਨਾਲ ਸਾਡੇ ਕੈਰੇਕਟਰ 'ਚ ਝਲਕਣੀ ਚਾਹੀਦੀ ਜੇ ਮੈਂ ਕੁਝ ਚੀਜ਼ ਬੋਲ ਰਿਹਾ ਨਾ ਜੀ ਉਹਦੀ ਇੰਪਲੀਮੈਂਟੇਸ਼ਨ ਪਹਿਲਾਂ ਤਾਂ ਲੋਕ ਦੇਖਣਗੇ ਵੀ ਜੋ ਇਹ ਬੋਲ ਰਿਹਾ ਹੈ ਰਾਈਟ ਬੋਲ ਰਿਹਾ ਹੈਗਾ ਜੇ ਭਗਵਾਨਤਮਨ ਸ਼ਰਾਬੀ ਨਾ ਹੋਏ ਚਲੋ ਝੂਠ ਨਾ ਬੋਲਦਾ ਹੋਏ ਫਿਰ ਤਾਂ ਕੋਈ ਗੱਲ ਕਰੇ ਮਾੜਾ ਮੋਟਾ ਪ੍ਰਵਾਹ ਹੋਊਗਾ ਜੇ ਸ਼ਰਾਬ ਦੇ ਨਸ਼ੇ 'ਚ ਖੜਾ ਹੋ ਕੇ ਕਹਦੇ ਵੀ ਮੈਂ ਨਸ਼ਾ ਮੁਕਤ ਪੰਜਾਬ ਕਰ ਦਿਆਂਗਾ ਕੋਈ ਮੰਨੂਗਾ ਉਹਦੇ ਤੇ ਯਾਨੀ ਇਹ ਬੰਦਾ ਦੇਖੋ ਇੱਕ ਕਮੇਡੀਅਨ ਆ ਸੱਚੀ ਦੱਸਾਂ ਮੈਂ ਤੁਹਾਨੂੰ ਸਾਡੇ ਜੀ ਰਿਕਵਰ ਫੰਕਸ਼ਨ ਹੋਇਆ ਤਾਂ ਬੜੀ ਪੁਰਾਣੀ ਗੱਲ ਆ 192000 ਦੀ ਗੱਲ ਆ ਕਾਉਂਸਲ ਬਣੀ ਸੀਗੀ ਅਸੀਂ ਇਹਨੂੰ ਬੁਲਾਇਆ ਸੀਗਾ ਤੇ ਮੇਰੇ ਯਾਦ ਆ ਜੀ ਮੇਰੇ ਸਾਹਮਣੇ ਪਉਆ ਬਿਨਾ ਪਾਣੀ ਤੋਂ ਪੀ ਕੇ ਫਿਰ ਇਸ ਸਟੇਜ ਤੇ ਚੜਿਆ ਦਾ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਵੀ ਕਿੰਨਾ ਕਿ ਨਸ਼ਾ ਖਤਮ ਕਰੂ ਪੰਜਾਬ ਚ ਸਰ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਗੱਲ ਕੀਤੀ ਤੁਸੀਂ ਹਾਲੇ ਹੀ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੇ ਜ਼ੀਰਕਪੁਰ ਚ ਰਜ ਦੇ ਕਰਪਸ਼ਨ ਕੀਤੀ ਹੈ ਤੁਹਾਡੇ ਕੋਲ ਕਾਫੀ ਪ੍ਰੂਫਸ ਵੀ ਨੇ ਇਹੋ ਜੀ ਕੋਈ ਅਪਡੇਸ਼ਨ ਤੁਸੀਂ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿਉਂਕਿ ਹਾਲ ਦੀ ਘੜੀ ਬਹੁਤ ਲੋੜ ਹੈ ਸੱਚ ਪਰੋਸਣ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਣਿਆ ਸੀ ਪ੍ਰੀਤਮ ਦੀ ਸਿਹਤ ਖਰਾਬ ਹੈ ਤੁਸੀਂ ਉਹਨੂੰ ਕੋਵਿਡ ਦੀ ਵੈਕਸੀਨ ਹੀ ਲਵਾਈ ਸਤਿ ਸ਼੍ਰੀ ਅਕਾਲ ਡਾਕਟਰ ਜੀ ਅਸੀਂ ਗਰੀਬਾਂ ਨੇ ਟੀਕਾ ਕਿੱਥੋਂ ਲਾਉਣਾ ਜੀ ਟੀਕਾ ਮਹਿੰਗਾ ਹੀ ਬੜਾ ਸਾਨੂੰ ਸਾਰਿਆਂ ਨੂੰ ਕੇਂਦਰ ਸਰਕਾਰ ਵੱਲੋਂ ਕੋਰੋਨਾ ਦਾ ਮੁਫਤ ਟੀਕਾ ਲੱਗ ਰਿਹਾ ਹੈ ਜੇ ਮੇਰੇ ਪੁੱਤਰ ਨੇ ਕਈ ਲੋਕਾਂ ਦੀ ਮਦਦ ਕੀਤੀ ਕੋਵਿਡ ਦੇ ਦੌਰਾਨ ਪਰ ਬਿਮਾਰੀ ਤੋਂ ਇਲਾਵਾ ਕੀ ਮਿਲਿਆ ਕੁਣ ਮਿਲੂਗੀ ਨਾ ਜਦ ਪਾਜ ਪਾ ਕਟਬਿੰਦੰਦੀ ਸਰਕਾਰ ਆਉਗੀ ਉਹ ਕੋਰੋਨਾ 'ਚ ਮਦਦ ਕਰਨ ਵਾਲੇ ਲੋਕਾਂ ਨੂੰ ਪੈਸੇ ਦੇ ਨਾਲ ਹੋਰ ਸਿਹਤ ਸਹੂਲਤਾਂ ਵੀ ਦੇਣਗੇ ਇਹ ਤੇ ਬਹੁਤ ਵਧੀਆ ਗੱਲ ਹੈ ਜੀ ਅੱਜ ਪਾ ਦੇ ਨਾ ਨਵਾਂ ਪੰਜਾਬ ਨੂੰ ਜੋ ਸਿੰਧੂ ਜਿੰਨਾ ਕਰਪਟ ਮੇਰੇ ਖਲ ਪੂਰੇ ਹਿੰਦੁਸਤਾਨ ਚ ਨਹੀਂ ਹੋਣਾ। ਇਸ ਬੰਦੇ ਨੇ ਪੱਠਾ ਬਠਾ ਦਿਆ ਮੇਰੇ ਸ਼ਹਿਰ ਜਲਖਪੁਰ ਦਾ। ਇਹਨੇ ਇੱਕ ਨਵੀਂ ਰਵਾਇਤ ਸ਼ੁਰੂ ਕਰੀ ਸਾਡੇ ਨਾਲ ਪ੍ਰੋਪਰਟੀ ਡੀਲਰ ਸੀਗੇ ਉਹ ਵਿਚਾਰੇ ਅਪਰੂਵਲ ਕਰਵਾਉਂਦੇ ਸੀਗੇ ਡੇਢ ਮਹੀਨੇ ਚ ਅਪਰੂਵਲ ਮਿਲ ਜਾਂਦੀ ਤੇ ਕਲੋਨੀ ਦੀ ਆਪਣੀ ਅਪਰੂਵਡ ਕਲੋਨੀਆਂ ਕੱਟ ਦੇਦੇ। ਇਹ ਬਣ ਗਿਆ ਮੰਤਰੀ। ਇਹਨੇ ਅਪਰੂਵ ਕਲੋਨੀਆਂ ਬੰਦ ਕਰਤੀਆਂ। ਅਪਰੂਵ ਲ ਹੀ ਦੇਣੀਆਂ ਬੰਦ ਕਰਦੀਆਂ ਇੱਕ ਸਟ੍ਰੈਟਜੀ ਬਣਾ ਲਈ। ਉਸ ਤੋਂ ਬਾਅਦ 1.5 ਲੱਖ ਰੁਪਇਆ ਰਿਸ਼ਵਤ ਪਰ ਨਕਸ਼ੇ ਦਾ ਇਹਨੇ ਫਿਕਸ ਕਰ ਲਿਆ। ਮਨ ਲਓ 10 ਏਕੜ ਚ ਕਿਸੇ ਨੇ ਕਲੋਨੀ ਬਣਾਣੀ ਆ ਉਹ ਆਪਣੇ ਆਪ ਹੀ ਇਲੀਗਲ 100 100 ਗਜ ਦੇ ਪਲਾਟ ਬਣਾਏ ਉਹਦੇ ਚ ਚਾਰ ਸਟੋਰੀ ਫਲੈਟ ਪਾਸ ਕਰੇ 1.5 ਲੱਖ ਰੁਪਇਆ ਪਰ ਫਲੈਟ ਦੇ ਤੇ ਆਪਣਾ ਵੇਚ ਲੇ 10000 ਫਲੈਟ ਜੇਰਿਕਰ ਚ ਬਣੇ 1500 ਕਰੋੜ ਰੁਪਏ ਇਹਨਾਂ ਦੀ ਜੇਬਾਂ ਚ ਗਿਆ ਠੱਗੀ ਵੱਜੀ ਔਰ ਤੁਸੀਂ ਹੈਰਾਨ ਹੋ ਜਾਓਗੇ ਇਹਦੀ ਵਾਈਫ ਦੇ ਅਕਾਊਂਟ ਚੋਂ ਕਰੋੜ ਰੁਪਏ ਦਾ ਚੈੱਕ ਇਲੀਗਲ ਕਲੋਨੀ ਚ ਜਿਹੜੇ ਨਕਸ਼ੇ ਪਾਸ ਕਰਵਾਉਣ ਵਾਸਤੇ ਗਿਆ ਉੱਥੇ ਇਨਵੈਸਟਮੈਂਟ ਇਹਨਾਂ ਨੇ ਕਰੀ ਜੇਰਿਕਰ ਚ ਕਲੋਨੀਆਂ ਕੱਟਦੇ ਰਹੇ। ਇਹਦੀ ਵਾਈਫ ਹੋਟਲ ਚ ਆਂਦੀ ਦੀ ਉੱਥੇ ਬੈਠ ਕੇ ਪੈਸੇ ਇਕੱਠੇ ਕਰਦੀ ਦੀ। ਮੇਰੇ ਕੋਲ ਸਬੂਤਾਂ ਸਾਰਾ ਕੁਝ ਹੈਗਾ। ਇੱਕ ਸਿਰੇ ਦਾ ਕਰਾਪਟ ਆਦਮੀ ਪੰਜਾਬ ਵਾਸਤੇ ਵਿਜ਼ਨ ਦੇ, ਮਤਲਬ ਪੰਜਾਬ ਦੇ ਲੋਕ ਮੰਨ ਲੈਣਗੇ। ਜੀਲਕਪੁਰ ਦੇ ਅੰਦਰ ਇੱਕ ਕਲੋਨੀ ਚ ਫਲੈਟ ਗਿਰਗੇਟਾ ਹੈਗੀ ਉਹ ਕਲੋਨੀ। ਯਾਰ ਕਾਨੂੰਨੀ ਤੇ ਇਹ ਮਨਿਸਟਰ ਸੀਗਾ। ਇਹ ਜੀਲਕਪੁਰ ਚ ਆਇਆ, ਥਾਣੇ ਗਿਆ, ਉਸ ਪ੍ਰਾਪਰਟੀ ਡੀਲਰ ਤੇ ਪਰਚਾ ਦਰਜ ਕਰਵਾ ਦੇ। ਅਗਲੇ ਦਿਨ ਰਾਤ ਨੂੰ ਸੈਟਿੰਗ ਕਰਕੇ ਨਾ ਜੀ ਉਸੇ ਕਾਰਨਾਈਜ਼ਰ ਨੂੰ ਉਸ ਕਲੋਨੀ ਦਾ ਪ੍ਰਧਾਨ ਬਣਾ ਦਿਆ ਨੇ ਇਸ ਤੋਂ ਮਾੜੀ ਗੱਲ ਕਿਆ ਹੋ ਸਕਦੀ ਐ ਦੱਸੋ ਇਹਦਾ ਕੋਈ ਕੈਰੈਕਟਰ ਹੈ ਇਹ ਬੰਦਾ ਨਾ ਸਾਈਕੀ ਐ ਜੀ ਅਸੀਂ ਇੱਥੇ ਨਾ ਇਹ ਜਿਹੜਾ ਏਰੀਆ ਜਿੱਥੇ ਆਪਾਂ ਵੋਟਾਂ ਮੰਗ ਰਹੇ ਨਾ ਪੁਆਦ ਦੇ ਏਰੀਏ 'ਚ ਰਹਿੰਦੇ ਹਾਂ ਅਸੀਂ ਪੁਆਦੀ 'ਚ ਨਾ ਜੀ ਸਾਡੇ ਪਿੰਡਾਂ 'ਚ ਨਾ ਇੱਕ ਵਹਿਮ ਆ ਵੀ ਜਿਹੜੇ ਘਰ ਸਿਆਣਾ ਆ ਜੇ ਸਿਆਣਾ ਪਤਾ ਕਿਹਨੂੰ ਕਹਿੰਦੇ ਆ ਜਿਹੜਾ ਤਾਗੇ ਤਵੀਤ ਕਰਦਾ ਬੰਗਾਲੀ ਜਾਦੂ ਕਰਦਾ ਨਾ ਜੀ ਉਦੋਂ ਪਿੰਡ ਵਾਲੇ ਨਾ ਦੂਰ ਰਹਿੰਦੇ ਆ ਇੱਕ ਵਹਿਮ ਆ ਸਾਡੇ ਬਜ਼ੁਰਗਾਂ ਨੇ ਕਹਾਣੀਆਂ ਸੁਣਾਈ ਪ੍ਰਾਣੀਆਂ ਵੀ ਉਹਨਾਂ ਦੀ ਕੁਛ ਨਾ ਕੁਛ ਤਾਗੇ ਤਵੀਤ ਕਰਵਾ ਕੇ ਤੁਹਾਡੇ ਤੇ ਕਰਵਾ ਦੇਗਾ ਤੁਹਾਡਾ ਘਰ ਖਤਮ ਹੋ ਜਾਊਗਾ ਵਹਿਮ ਪਾ ਦਿਗਾ ਕੁਛ ਕਰ ਦੀਗਾ ਇਹ ਬੰਦਾ ਨਾ ਜੀ ਤਾਗੇ ਤਵੀਤ ਕਰਦਾ ਹੈਗਾ ਪੁੱਠੇ ਕੰਮ ਕਰਦਾ ਸਿਆਣਿਆਂ ਕੋਲ ਜਾਂਦਾ ਹੈਗਾ ਇਸ ਕਰਕੇ ਜਿ ਅਸੀਂ ਜਿਸ ਕਲਚਰ ਚ ਪੈਦਾ ਹੋਏ ਆ ਮੈਂ ਮਹਿਸੂਸ ਕਰਦਾ ਵੀ ਇਹ ਪੰਜਾਬ ਦਾ ਬੇੜਾਗਰ ਕਰਦੀ ਗੋ ਕਿਉਂਕਿ ਉਹ ਸਾਈਕੀ ਥੋੜੀ ਚੇਂਜ ਕਰ ਦਿੰਦੀ ਸਰ ਆਖਰੀ ਸਵਾਲ ਆਉਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੇ ਡਵੈਲਪਮੈਂਟ ਦੀ ਅਸੀਂ ਗੱਲ ਕਰੀਏ ਹਰ ਕਿਸੇ ਦਾ ਆਪਣਾ ਮੈਨੀਫੈਸਟੋ ਹੈ ਕੋਈ ਐਜੂਕੇਸ਼ਨ ਤੇ ਗੱਲ ਕਰਦਾ ਹੈ ਜਾਂ ਇਨਫਰਾਸਟ੍ਰਕਚਰ ਤੇ ਜਾਂ এমਪਲੋਇਮੈਂਟ ਜਨਰੇਸ਼ਨ ਐਕਟੀਵਿਟੀਜ਼ ਤੇ ਤੁਹਾਡੇ ਕੋਲ ਇਹੋ ਜਿਹਾ ਕੀ ਰੋਡ ਮੈਪ ਹੈ ਕਿ ਪੰਜਾਬ ਦੇ ਲੋਕ ਬਿਹਤਰੀ ਲਈ ਉਮੀਦ ਕਰਨ ਤੇ ਤੁਹਾਨੂੰ ਵੋਟ ਪਾਣ ਦੇਖੋ ਪੰਜਾਬ ਨੂੰ ਜੇ ਪਹਿਰਾ ਸਿਰ ਲਾਇਆ ਤਾਂ ਸਾਡੀ ਸਰਕਾਰ ਚ ਲਾਇਆ ਬੈਸਟ ਇਨਫਰਾਸਟ੍ਰਕਚਰ ਸਟੇਟ ਅਸੀਂ ਬਣਾਇਆ ਸੀ ਈਜ਼ ਟੂ ਡੂ ਬਿਜ਼ਨਸ ਚ ਅਸੀਂ ਨੰਬਰ 1 ਤੇ ਸੀਗੇ education ਚ 24ਵੇਂ ਸਥਾਨ ਤੋਂ ਅਸੀਂ ਸੈਕੰਡ ਤੇ ਆਏ ਸੀਗੇ ਸੋ ਸਾਡਾ ਏਜੰਡਾ ਪੰਜਾਬ ਨੂੰ ਡਵੈਲਪ ਕਰਨਾ ਹੈਗਾ ਸਾਡਾ ਏਜੰਡਾ ਆ ਜਿਸ ਤਰ੍ਹਾਂ ਅਸੀਂ ਪਿਛਲੀ ਵਾਰੀ ਰੋਡ ਇਨਫਰਾਸਟ੍ਰਕਚਰ ਬੈਸਟ ਕਰਿਆ ਇਸ ਵਾਰ ਅਸੀਂ ਹੈਲਥ ਇਨਫਰਾਸਟ੍ਰਕਚਰ ਨੂੰ ਬੈਸਟ ਕਰਾਂਗੇ ਗਰੀਬ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਦਵਾਂਗੇ ਫ੍ਰੀ ਹੋਏ ਤੇ ਸਰਕਾਰੀ ਹਸਪਤਾਲ ਇੰਟਰਨੈਸ਼ਨਲ ਸਟੈਂਡਰਡ ਦੇ ਅਸੀਂ ਬਣਾਵਾਂਗੇ ਐਜੂਕੇਸ਼ਨ ਨੂੰ ਅਸੀਂ ਬਹੁਤ ਵਧੀਆ ਕਰਾਂਗੇ ਫ੍ਰੀ ਕਰਾਂਗੇ ਔਰ ਸਕਿੱਲ ਸੈਂਟਰ ਖੋਲਾਂਗੇ ਸਕਿੱਲ ਸੈਂਟਰ ਵੀ ਉਸ ਤਰ੍ਹਾਂ ਦੇ ਖੋਲਾਂਗੇ ਜਿਸ ਤਰ੍ਹਾਂ ਦੀ ਜਿਸ ਏਰੀਆ 'ਚ ਰਿਕੁਆਇਰਮੈਂਟ ਅੱਜ ਮੰਨ ਲਓ ਮੈਂ ਇੱਥੇ ਇੱਥੇ ਕੋਈ ਕੰਮ ਕਰ ਲਿਆ ਤੇ ਜੌਬ ਹੋਏ ਉਹਦੀ 10-15000 ਤੇ ਜਾਣਾ ਪੈ ਜੀ ਉਹਨੂੰ ਬੰਬੇ ਤੇ 15000 ਤੋਂ ਤਾਂ ਪੰਜ ਵੀ ਨਹੀਂ ਬਚਣਾ ਮਤਲਬ ਇਸ ਏਰੀਆ 'ਚ ਮੰਨ ਲਓ ਆਈਟੀ ਦੀ ਰਿਕੁਆਇਰਮੈਂਟ ਹੈਗੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਅਸੀਂ ਆਈਟੀ ਸਕਿੱਲ ਸਿਖਾਵਾਂਗੇ ਲੋਕਾਂ ਨੂੰ ਐਜ਼ ਪਰ ਰਿਕੁਆਇਰਮੈਂਟ ਆਫ ਜੌਬ ਉਸ ਤਰ੍ਹਾਂ ਦੀ ਟ੍ਰੇਨਿੰਗ ਦੇ ਕੇ ਉੱਥੇ EMPLOY ਕਰਾਵਾਂਗੇ ਪਹਿਲੀ ਗੱਲ ਨੰਬਰ 2 ਸਾਡੇ ਨਾਲ ਜੀ ਬਹੁਤ ਸਾਰਾ ਟੈਲੈਂਟ ਆ ਜਿਹੜਾ ਲੇਡੀਜ਼ ਦਾ ਜਿਹੜਾ ਬੇਲਾ ਬੈਠਿਆ ਘਰ ਚ ਚਾਰ ਚਾਰ ਘੰਟੇ ਬੇਲੀਆਂ ਰਹਿੰਦੀਆਂ ਤੇ ਫਾਈਨੈਂਸ਼ੀਅਲੀ ਬਹੁਤ ਕਮਜ਼ੋਰ ਆ ਉਹਨਾਂ ਨੂੰ ਘਰ ਬੈਠੀਆਂ ਨੂੰ ਰੁਜ਼ਗਾਰ ਦਵਾਂਗੇ ਸਕਿੱਲ ਟ੍ਰੇਨਿੰਗ ਦਵਾਂਗੇ ਸਮਾਨ ਤਿਆਰ ਕਰਾਂਗੇ ਤੇ ਉਹਨੂੰ ਮਾਰਕੀਟਿੰਗ ਵੀ ਕਰਾਂਗੇ ਤਾਂ ਕਿ ਵੂਮਨ ਜਿਹੜੀਆਂ ਨੇ ਸਟਰੋਂਗ ਹੋ ਜਾਣ ਥੈਂਕ ਯੂ ਜੀ ਮੈਂ ਥੋੜਾ ਜਿਹਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਸੋ ਏਸੀਜੀ ਅੱਜ ਦੀ ਖਾਸ ਮੁਲਾਕਾਤ ਐਨਕੇ ਸ਼ਰਮਾ ਜੀ ਦੇ ਨਾਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਦੇ ਨਾਲ ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਾਸ਼ੀਕਲ